लाइव है हरियाणा स्टेशन तो जिथे कि कुछ शरारती अंसरां नूं गां पा वास्ते थाना तीन दे जिहड़े कि मुलाजम इत्थे पहुंचे होए ने। शटर बंद करके अंदर काम चल रहा है। मुलाजम इत्थे पहुंचे ने, कोई भी हुल्लड़बाजी कर रहा था तो जेडे शरारती अंसर है उन्हां नत्थ पाल लई जेडे कि जेडे मुलाजम है इत्थे इस टाइम पूरे मुस्तैद नजर आ रहे है। थाना पिंड दी पुलिस जेडी है पूरी एक्टिव मोड दे विच नजर आ रही है और जिवें जिवें दिन त्यौहार नेड़े आ रहे ने उदा ही पुलिस भी जिहड़ी है तर्क होई पई है। जलंधर दी पुलिस तो तुहानूं दस दईए कि पहलां शायद खुले भी सीगे कुछ दुकानां जिहड़ियां कि जदों मुलाजम इत्थे आए है उस तो बाद जिहड़ियां दुकानां भी बंद कर दित्तियां गईआं। इत्थे लोक खड़े सीगे देख सकदे तुसीं, देख सकदे किदां लोक इत्थे भज रहे ने। तुसीं देख सकदे हो कि सारे लोक साइडां ते हो रहे ने इत्थों दी, देख सकदे हो किदां लोक भज रहे इत्थों। कारवाई हो रही है इत्थे तो देख सकते हो कि रेलवे स्टेशन लोग पुलिस की बहुत वधिया कारवाई जिहड़ी इत्थे हो रही है। जो भी शरारती अंसर सी उन्हां नूं इत्थों भजाया जा रहा है। रेलवे स्टेशन तों जा रहे वड्डियां सिद्धियां तस्वीरां तुहाडा सिटी रेलवे स्टेशन तों तुहाडा नाल सांझियां कर रहे हां कि थाना तीन दे जिहड़े मुलाजम है उन्हां वल्लों जिहड़े शरारती अंसर उन्हां नूं भजाया जा रहा इत्थों दी। तुसीं की करदे इत्थे, तुसीं करदे इत्थे की करदे इत्थे? ट्रेन से आया हूँ अभी तो। कहाँ टिकट कहाँ चेक करा? जिहड़ी इत्थे आन जान वाले व्यक्ति नूं पुछताछ भी जिहड़ी कीती जा रही है। जिन्ने शरारती अंसर है उन्हां नूं पुलिस मुलाजम है उन्हां वल्लों भजाया जा रहा। थाना तीन दे जिहड़े मुलाजम इत्थे मौके ते मौजूद ने और सारे मुलाजम इत्थों भजाया जा रहा। बहुत वधिया काम कर रहे पुलिस मुलाजम जिहड़े अपने है। मामला की रात में जो ढाबे खोलते ने इतने लोग जोड़े आ शरारती अंसर आके शरारत करते हैं तो हम जो दुकाना बंद हो गए आप कोई शरारती अंसर ही हूं आके तो चले जाना है बार बार घूमोगे दोबारा फिर आने के ਦੁਆਰਾ ਫਿਰ ਤੁਸੀਂ ਉੱਥੇ ਆਓਗੇ ਤਾਂ ਫਿਰ ਉੱਥੇ ਇਦਾਂ ਹੀ ਉਹੀ ਮਾਹੌਲ ਹੋਏਗਾ। ਸਾਡੀ ਪੀਸੀਆਰ ਗੱਡੀਆਂ ਘੁੰਮਦੀਆਂ ਨੇ। ਪੀਸੀਆਰ ਤੇ ਕਿਤੇ ਨਜ਼ਰ ਨਹੀਂ ਆ ਰਹੀ ਸਰ, ਇਸੇ ਗੱਡੀ ਤੇ ਨਜ਼ਰ ਨਹੀਂ ਆ ਰਹੀ ਸਰ। ਪੀਸੀਆਰ ਤਮੋਰੀਆ ਕੋਲ ਹੋਣੇ ਆ, ਉਹਨਾਂ ਨੇ ਏਰੀਆ ਦਿੱਤੇ ਆ ਨਾ ਘੁੰਮਣ ਨੂੰ, ਸਾਰਾ ਦਾ ਏਰੀਆ ਹੈ। ਚੋਰੀ ਨੇ ਚੋਰੀ ਚਕਾਰੀ ਨਾ ਹੋਵੇ ਕੋਈ। ਸਰ ਮੈਂ ਮੰਨ ਗਿਆ ਉਸ ਗੱਲ ਨੂੰ, ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜੇ ਨਾਲ ਜਿਹੜੇ ਠੇਕੇ ਜਦੋਂ ਤੁਸੀਂ ਚੱਲ ਜਾਓਗੇ ਚਲੋ ਇਹਦੇ ਨਾਲ ਖੁੱਲੇ ਠੇਕੇ ਠੀਕ ਹੈ ਸਰਕਾਰ ਦੇ ਇਹ ਇਹਦੇ ਵਿੱਚ ਅਸੀਂ ਵੀ ਕੁਛ ਨਹੀਂ ਕਰ ਸਕਦੇ, ਇਹ ਸਰਕਾਰ ਦਾ ਖਾਤਾ ਹੈ। ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ ਸਰ। ਸਾਡਾ ਦਾ ਕਹਿਣਾ ਕਿ ਜਿੱਥੇ ਠੇਕੇ ਦੇ ਬਾਹਰ ਜਿਹੜਾ ਸ਼ਰਾਬਾਂ ਪੀਂਦੇ ਆ ਕਾਫੀ ਹੁੱਲੜਬਾਜੀ ਹੁੰਦੀ ਠੇਕੇ ਦੇ ਬਾਹਰ ਤੇ ਕਾਫੀ ਰਾਤ ਨੂੰ ਕੱਟ ਲੱਗਾ ਹੁੰਦਾ, ਉਸ ਕਰਕੇ ਲੜਾਈ ਦਾ ਝਗੜੇ ਦਾ ਕਾਰਨ ਰਿਹਾ ਜਾਂਦਾ। ਇਸੇ ਰੋਡ ਤੇ ਠੇਕਾ ਹੈਗਾ, ਬਾਹਰ ਸ਼ਰਾਬ ਪੀ ਕੇ ਮਤਲਬ ਤਮਾਸ਼ ਵੀ ਨਹੀਂ ਕਰਦੇ ਨਾ ਲੋਕ। ਇਹ ਠੇਕਾ ਜਿਹੜਾ ਹੈ ਸਾਡੇ ਏਰੀਆ 'ਚ ਨਹੀਂ ਆਉਂਦਾ, ਇਹ ਦੂਜੇ ਥਾਣੇ ਦੇ ਏਰੀਆ ਆਉਂਦਾ, ਪਰ ਫਿਰ ਵੀ ਅਸੀਂ ਜਿਹੜਾ ਕੋਈ ਜਦੋਂ ਗੇੜਾ ਮਾਰੀਦਾ ਹੈ ਜਿਹੜਾ ਕੋਈ ਅੰਸਰ ਇੱਦਾਂ ਦਾ ਹੁੰਦਾ ਉਹਨਾਂ ਨੂੰ ਭਜਾਈਦਾ ਇੱਥੇ ਜੀ। ਚਲੋ ਸਰ, ਠੇਕੇ ਦੀ ਆਪਾਂ ਗੱਲ ਨਹੀਂ ਕਰਦੇ ਜੋ ਸਰਕਾਰ ਵੱਲੋਂ ਹੈ, ਪਰ ਤੁਸੀਂ ਉਹਨਾਂ ਤੋਂ ਚੱਲ ਜਾਣਾ ਦੁਬਾਰਾ ਉੱਥੇ, ਫਿਰ ਉਹੀ ਹਾਲ ਹੋ ਜਾਣਾ। ਉਹ ਦੇਖੋ ਗੱਡੀਆਂ ਸਾਡੀਆਂ, ਉਹ ਦੇਖੋ ਗੱਡੀਆਂ ਚੱਕਰ ਲਾਉਣ ਡੀਆਂ ਉਹਨਾਂ ਨੇ ਰੂਟੀਨ 'ਚ ਆਪਣੀ ਵਾਰੀ ਵਿੱਚ ਸਰ, ਪਰ ਉਹ ਰੂਟੀਨ 'ਚ ਚੱਕਰ ਤਾਂ ਇੱਦਾਂ ਲਾਉਂਦੇ, ਜੋ ਤੁਸੀਂ ਕਾਰਵਾਈ ਕਰ ਰਹੇ ਹੋ ਉਹ ਕਾਰਵਾਈ ਇਹ ਨਹੀਂ ਕਰਦੇ, ਇਹ ਨਹੀਂ ਕਰਦੇ ਨਾ ਮੌਕੇ 'ਤੇ ਜੋ ਤੁਸੀਂ ਕਾਰਵਾਈ ਕੀਤੀ ਹੈ ਤੁਸੀਂ ਉਹਨਾਂ ਨੂੰ ਭਜਾਇਆ, ਪਰ ਇਹ ਕਾਰਵਾਈ ਉਹ ਨਹੀਂ ਕਰਦੇ।
ਸਾਰੇ ਆਪਣੇ ਆਪਣੇ ਹਿਸਾਬ ਨਾਲ ਜਿੱਦਾਂ ਦੀ ਡਿਊਟੀ ਕਰਨ ਦੇ ਸਾਰੇ ਵਧੀਆ ਤਰੀਕੇ ਨਾਲ ਡਿਊਟੀ ਕਰਨ ਸਰ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਇਸ ਕੇ ਕਹਿ ਰਹੇ ਹਾਂ ਕਿ ਜੋ ਤੁਸੀਂ ਕਰ ਰਹੇ ਹੋ ਉਹ ਪੀਸੀਆਰ ਵਾਲੇ ਨਹੀਂ ਕਰਦੇ ਤੁਸੀਂ ਤੋਂ ਜਾਣਾ ਪੀਸੀਆਰ ਵੀ ਇੱਥੇ ਹੋਏਗੀ ਦੁਕਾਨਾਂ ਫੇਰ ਖੁੱਲ ਜਾਣੀਆਂ ਫੇਰ ਖੁੱਲ ਜਾਣੀ ਦੁਕਾਨਾਂ ਮੌਕੇ ਤੇ ਇਹਨਾਂ ਨੂੰ ਦੱਸਿਆ ਤਾਂ ਵੀ 12 ਵਜੇ ਤੋਂ ਤੁਹਾਡੀਆਂ ਜਿਹੜੀਆਂ ਦੁਕਾਨਾਂ ਬੰਦ ਹੋ ਜਾਣੀਆਂ ਚਾਹੀਦੀਆਂ ਕੁਝ ਮੋਟਰਸਾਈਕਲ ਹੱਲੇ ਵੀ ਜਿਹੜੇ ਖੜੇ ਉਹ ਜਿਹੜੇ ਉਹਨਾਂ ਦੇ ਢਾਬਿਆਂ ਦੇ ਬਾਹਰ ਲੱਗੇ ਹੋਏ ਮੋਟਰਸਾਈਕਲ ਉਹ ਤੇ ਤਾਂ ਉਹਨਾਂ ਦੇ ਅੰਦਰ ਵੀ ਹੋਣ ਕੁਝ ਬੰਦੇ ਆਹ ਦੇਖੋ ਬਾਹਰ ਲੱਗੇ ਹੋਏ ਮੋਟਰਸਾਈਕਲ ਪਏ ਬੰਦੇ ਜਿਹੜੇ ਭੱਜ ਗਏ ਨੇ ਨਹੀਂ ਨਹੀਂ ਹੋ ਸਕਦਾ ਉਹਦੇ ਅੰਦਰ ਵੀ ਬੈਠੇ ਹੋਣ ਉਹਦੇ ਅੰਦਰ ਵੀ ਬੈਠੇ ਹੋਣ ਢਾਬੇ ਦੇ ਅੰਦਰ ਹੁਣ ਦੁਕਾਨਾਂ ਬੰਦ ਨੇ ਸਾਰੀਆਂ ਦੁਕਾਨਾਂ ਬੰਦ ਨੇ ਹੁਣ ਸਰ ਉਹ ਦੇਖੋ ਲਾਈਨ ਵਾਲੇ ਡਿਗਰੀ ਮੌਕੇ ਤੇ ਦੇਖੋ ਇਹ ਥੋੜਾ ਜਿਹਾ ਉਹਨਾਂ ਸ਼ਟਰ ਤਾਲੇ ਲਾ ਲਿੱਤੇ ਆ ਅੰਦਰ ਹੁਣ ਉਹਦੀ ਦੁਕਾਨ ਬੰਦ ਆ ਉਹਦੀ ਦੁਕਾਨ ਸਰ ਇਹ ਥੋੜਾ ਜਿਹਾ ਸ਼ਟਰ ਉਹਨਾਂ ਨੇ ਤਾਲੇ ਲਗਾ ਲਿੱਤੇ ਆ ਕੁਝ ਇਦਾਂ ਦੇ ਵੀ ਆ ਰੇਲਵੇ ਸਟੇਸ਼ਨ ਦੀ ਤਾਂ ਲਾਈਵ ਤਸਵੀਰ ਆ ਜਿਹੜੀ ਉਹ ਖਾ ਰਹੇ ਜਿੱਦਾਂ ਕਿ ਸ਼ਾਸਨ ਦੇ ਮੌਕੇ ਤੇ ਘੁੰਮ ਰਹੀ ਆ ਰਾਤ ਜਿਹੜਾ ਸੋ ਜੋ ਪੁਲਿਸ ਮੁਲਾਜ਼ਮ ਆ ਇੱਥੇ ਰਾਤ ਨੂੰ ਜਿਹੜੀ ਕਿ ਆਪਣੀ ਕਾਰਵਾਈ ਕਰ ਰਹੇ ਨੇ ਅੱਛੇ ਤਰੀਕੇ ਨਾਲ ਕਰ ਰਹੇ ਸੀ ਤੇ ਬਹੁਤ ਪਿਆਰੇ ਵਧੀਆ ਤਰੀਕਾ ਕਰ ਰਹੇ ਆ ਜਾਰੀ ਦਾ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਜਿਹੜੀ ਕਿ ਰੇਲਵੇ ਸੋ ਜੋ ਸ਼ਰਾਰਤੀ ਅੰਦਰ ਸੀ ਉਹਨਾਂ ਨੂੰ ਉੱਥੇ ਭਜਾਇਆ ਗਿਆ ਸੋ ਲਾਈਵ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਆ ਸਿਟੀ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਜਿਹੜੇ ਸ਼ਰਾਰਤੀ ਅੰਦਰ ਸੀਗੇ ਉਹਨਾਂ ਨੂੰ ਭਜਾਇਆ ਗਿਆ 3 ਨੰਬਰ ਥਾਣੇ ਦੀ ਪੁਲਿਸ ਵੱਲੋਂ ਵਾਲੀਆਂ ਨਿਸ਼ਾਨ ਆ ਜਲੰਧਰ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਲੁੱਟਾਂ ਖੋਹਾਂ ਵੀ ਹੋ ਰਹੀਆਂ ਹੈ ਮੈਚਿੰਗ ਹੋ ਰਹੀ ਹੈ ਆਪਣੀ ਛੋਟੀ ਕਾਰਵਾਈ ਕਿਉਂ ਨਹੀਂ ਕਰਦੀ ਇੱਥੇ ਲੋਕ ਜਿਹੜੇ ਨੇ ਦੇਰ ਰਾਤ ਸੋ ਜਦੋਂ ਮੁਲਾਜ਼ਮ ਇੱਥੇ ਆਏ ਤਾਂ ਉਸ ਤੋਂ ਬਾਅਦ ਸਾਰੀਆਂ ਦੁਕਾਨਾਂ ਜਿਹੜੀਆਂ ਕਿ ਬੰਦ ਹੋ ਗਈਆਂ ਜਦਕਿ ਪਹਿਲਾਂ ਸਭ ਦੁਕਾਨਾਂ ਖੁੱਲੀਆਂ ਸੀਗੀਆਂ ਸੋ ਇੱਥੇ ਜਿਹੜੇ ਸ਼ਰਾਰਤੀ ਅੰਦਰ ਸੀਗੇ ਉਹ ਵੀ ਜਦੋਂ ਭੱਜੇ ਇੱਥੋਂ ਦੀ ਭੱਜੇ ਆ ਨੱਠੇ ਆ ਉਸ ਤੋਂ ਬਾਅਦ ਉਹਨਾਂ ਵੱਲੋਂ ਇਹਨਾਂ ਨੂੰ ਭਜਾਇਆ ਵੀ ਗਿਆ ਅਤੇ ਹੁਣ ਜਿਹੜੀਆਂ ਸਾਰੀਆਂ ਦੁਕਾਨਾਂ ਸਾਰੀਆਂ ਬੰਦ ਹੋ ਗਈਆਂ ਸੋ ਅਗਲੀ ਕਾਰਵਾਈ ਵਾਸਤੇ ਦੇਖਦੇ ਹਾਂ ਕਿ ਕਿੱਥੇ ਸਾਰਾ ਸਿਸਟਮ ਹੋਏਗਾ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਿੱਧੀਆਂ ਤਸਵੀਰਾਂ ਤੁਹਾਡਾ ਸਾਂਝੇ ਕਰੇ ਸਿਟੀ ਰੈਜੂਸ਼ਨ ਦੀਆਂ ਉਹ ਮੁਲਾਜ਼ਮ ਜਿਹੜੇ ਅੱਗੇ ਗਏ ਆ ਆਪਾਂ ਉਹਨਾਂ ਵੀ ਦੇਖਦੇ ਹਾਂ ਕਿ ਅੱਗੇ ਕਿੱਥੇ ਜਾ ਰਹੇ ਨੇ ਉਹ ਤੋਂ ਮਾਮਾ ਤੁਸੀਂ ਮੋਟਰਸਾਈਕਲ ਭੱਜਦੇ ਜੋ ਉਹਨਾਂ ਨੇ ਕਾਰਵਾਈ ਕੀਤੀ ਕੀਤੀ ਹੈ ਕਿਉਂਕਿ ਜਿਹੜੇ ਵੀ ਸ਼ਰਾਬ ਦੇ ਅਸਰ ਜਿਹੜੇ ਹੁੰਦੇ ਆ ਰਾਤ ਦੇ ਟਾਈਮ ਵੀ ਇੱਥੇ ਸਟੇਸ਼ਨ 'ਤੇ ਹੀ ਘੁੰਮਦੇ ਸਾਰੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਗਰ ਕੋਈ ਵੀ ਸ਼ਰਾਬੀ ਅਸਰ ਸਾਨੂੰ ਪਤਾ ਹੈ ਤਾਂ ਕਾਰਵਾਈ ਕਰਾਂਗੇ ਉਹਦੇ ਦੇਖ ਸਕਦੇ ਕਿ ਜਿਹੜਾ ਕਿ ਰੰਗੋ ਕੀਤਾ ਉਹਨਾਂ ਬੱਸ ਸਟੈਂਡ ਹੈ ਜਾਂ ਜੋ ਰੇਲਵੇ ਸਟੇਸ਼ਨ ਹੈ ਉਹ ਮੇਨ ਜਿਹੜੇ ਏਰੀਏ ਹੈ ਉੱਥੇ ਜਿਹੜੇ ਸ਼ਰਾਬੀ ਅਸਰ ਬਹੁਤ ਜ਼ਿਆਦਾ ਹੁੰਦੇ ਹੈ ਅੱਜ ਜਿਹੜੇ ਪੁਲਿਸਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਜੋ ਪੀਸੀਆਰ ਜਿਹੜੇ ਮੁਲਾਜ਼ਮ ਸੀ ਉਹਨਾਂ ਵੱਲੋਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਪੀਸੀਆਰ ਵਾਲੇ ਉੱਥੇ ਰਹਿੰਦੇ ਨੇ ਸਟੇਸ਼ਨ 'ਤੇ ਠੇਕਾ ਵੀ ਹੈ ਠੇਕੇ ਦੇ ਬਾਹਰ ਵੀ ਯੁਵਕ ਖੜੇ ਸੀ ਕੁਛ ਲੋਕ ਖੜੇ ਸੀ ਉਹਨਾਂ ਨੂੰ ਕਿਉਂ ਆਪਾਂ ਛੱਡਦਾ ਯਾਨੀ ਕਿ ਰਾਤ ਨੂੰ ਸ਼ਰਾਬ ਪਿਆਨ ਸ਼੍ਰੀਮਾਨ ਜੀ ਇਹ ਮੇਰੇ ਸਾਡੇ ਵੱਸ ਦਾ ਕੰਮ ਨਹੀਂ ਠੀਕ ਹੈ ਜੀ ਜੋ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਾਤ ਨੂੰ ਠੇਕੇ ਖੁੱਲੇ ਨੇ ਉਹਨਾਂ ਦੀ ਮਰਜ਼ੀ ਨਾਲ ਖੁੱਲੇ ਨੇ ਜਿਹੜੀ ਪੀਸੀਆਰ ਟੀਮ ਹੈ ਉਹ ਕਿਉਂ ਨੀ ਭਜਾਉਂਦੀ ਇਹਨਾਂ ਨੂੰ ਆ ਕੇ ਪੀਸੀਆਰ ਵੀ ਸਾਡੀ ਸਾਰੀ ਜਿਹੜੀ ਹੈ ਲੱਗੀ ਦੀ ਹੈ ਨਹੀਂ ਪਰ ਭਜਾਉਂਦੇ ਨੀ ਨਾ ਜਿੱਦਾਂ ਤੁਸੀਂ ਜੋ ਕਾਰਵਾਈ ਤੁਸੀਂ ਕੀਤੀ ਹੈ ਉਹ ਕਾਰਵਾਈ ਉਹ ਨੀ ਕਰਦੇ ਸਾਰੇ ਭਜਾਉਂਦੇ ਆ ਸਾਰੇ ਭਜਾਉਂਦੇ ਕਿਉਂਕਿ ਤੁਸੀਂ ਅੱਛਾ ਕੰਮ ਕਰ ਰਹੇ ਹੋ ਇਸ ਕਰਕੇ ਤੁਹਾਡਾ ਮੇਰੀ ਤਾਂ ਡਿਊਟੀ ਹੈ ਮੈਂ ਤਾਂ ਕਰ ਰਹੀ ਹਾਂ ਤਾਂ ਮੈਂ ਉਹੀ ਕਹਿ ਰਿਹਾ ਨਾ ਡਿਊਟੀ ਉਹਨਾਂ ਦੀ ਵੀ ਹੈ ਸ਼੍ਰੀਮਾਨ ਜੀ
ਲੈਣ ਆਉਂਦੇ ਆ ਉਹਨੂੰ ਮੈਂ ਕਿਹੜੇ ਰਸਤਾ ਪਿਆ ਹੀ ਹੈ ਨਾ ਸਾਨੂੰ ਹਦਾਇਤਾਂ ਹੋਣਗੀਆਂ ਠੇਕੇ ਬੰਦ ਕਰਾਓ ਅਸੀਂ ਕਰਾਵਾਂਗੇ ਹਦਾਇਤਾਂ ਸਾਨੂੰ ਨਹੀਂ ਹੈਗੀਆਂ ਰਾਤ ਨੂੰ ਠੇਕੇ ਖੁਲਾਉਂਦੀਆਂ ਠੀਕ ਹੈ ਨਾ ਬੰਦ ਕਰਾ ਦਿੱਤਾ ਕਿੰਨੇ ਠੇਕਿਆਂ ਕੋਲ ਰਹਿ ਗਏ ਸਰ ਇੱਥੇ ਜਿਹੜੇ ਰਾਤ 24 ਘੰਟੇ ਖੁੱਲਦੇ ਜੀ ਇੱਕ ਮੇਨ ਸਟੇਸ਼ਨ ਵਾਲੇ ਜਿਹੜੇ ਦੋ ਠੇਕੇ ਹੈਗੇ ਆ ਅੱਛਾ ਜੀ ਹਾਂ ਉਹ ਠੇਕੇ ਖੁੱਲੇ ਹੁੰਦੇ ਠੇਕੇ ਤੋਂ ਬਾਈ ਸ਼ਰਾਬ ਲੈਂਦੇ ਜਿਹੜੀ ਹੁਕਮ ਜਿਹੜਾ ਜਾਰੀ ਕੀਤਾ ਸੀਐਮ ਭਗਵੰਤ ਮਾਨ ਨੇ ਪੀਣ ਦੀ ਇਜਾਜ਼ਤ ਹੈਗੀ ਇਹਨਾਂ ਨੂੰ ਬਾਹਰ ਗੱਡੀਆਂ 'ਚ ਗੱਡੀਆਂ 'ਚ ਸਾਰੇ ਬੰਦੇ ਸਾਰੇ ਗੱਡੀਆਂ 'ਚ ਪੀਂਦੇ ਹੋ ਸਾਰੇ ਬਾਹਰ ਕਰਕੇ ਸਰ ਗੱਡੀਆਂ 'ਚ ਵੀ ਪੀ ਰਹੇ ਕੋਈ ਬਾਹਰ ਵੀ ਪੀ ਰਿਹਾ ਦੇਖੋ ਦੇ ਮੌਕੇ ਤੇ ਵੀ ਠੇਕੇ ਦੇ ਬਾਹਰ ਜਿੰਨਾ ਵੀ ਲੱਗਦਾ ਉੱਥੇ ਪੀਤੀ ਜਾ ਰਹੀ ਸ਼ਰਾਬ ਦੇ ਲੈਣੇ ਮੌਕੇ ਤੇ ਜਾ ਹੁੰਦਾ ਕਿ ਤੁਸੀਂ ਅੱਛਾ ਕੰਮ ਕੀਤਾ ਲੇਕਿਨ ਪੀਸੀਆਰ ਟੀਮ ਘੁੰਮਦੀ ਰਹਿੰਦੀ ਹੈ ਉੱਥੇ ਸ਼ਰਾਬਾਂ ਲੋਕੀ ਬਾਹਰ ਪੀਂਦੇ ਪਰ ਕੋਈ ਰੋਕਦਾ ਨਹੀਂ ਉਹਨਾਂ ਨੂੰ ਜੋ ਤੁਸੀਂ ਅੱਛਾ ਕੰਮ ਕੀਤਾ ਤੁਹਾਨੂੰ ਕਿ ਆਪਾਂ ਕਹਿ ਰਹੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਚਲੋ ਬਸ ਕਰੋ ਹੁਣ ਬਸ ਕਰੋ ਹੁਣ ਰਾਤ ਮੇਰੇ ਸਾਰਾ ਸ਼ਹਿਰ ਕਰ ਲਈ ਹੈ ਸਾਰਾ ਸ਼ਹਿਰ ਲਿਆ ਅੱਜ ਤੁਸੀਂ ਨਾਈਟ ਦੇ ਹੋਣਾ लेकिन जो पीसीआर टीम भी मौके तों कोई कारवाई नहीं की जाती सिर्फ पीसीआर टीम घूमदियां पर कारवाई कोई नहीं की जाती जो मुलाजम तीन नंबर थाने तो आए है इन्होंने वालों कारवाई की गई और जो शरारती अंसर से उन्होंने भजाया गया उतो की पर सवाल यह उठता कि जी पीसीआर टीम है वह कोई कोई कार्रवाई क्यों नहीं कर दिया सो जो आप इन्होंने मगर आए हूँ इस टाइम इतने दमोरिया बोल इन्होंने अपना नाका लगाया हूँ आके सो सीधिया तस्वीरें थोड़ा साझे कर रहे सिटी रेलवे स्टेशन दिया जिथे कि जो थाना तीन तो मुलाजम से उन्होंने आके जो शरारती अंसर से उन्होंने इतों भजाया गया सो इस मामले की होर अपडेट होंगी तो फिर द्वारा रूबरू होवांगे तद तक दिओ इजाजत धन्यवाद।